ਵਿਰੋਧੀ ਨਹੀਂ ਦਿੱਤੀ ਤਾਂ ਦੁਕਾਨ ਤੇ ਚਲਾ ਦੀਆਂ ਗੋਲੀਆਂ। ਦੁਕਾਨਦਾਰ ਕੋਲ ਸੀ ਪੁਲਿਸ ਪ੍ਰੋਟੈਕਸ਼ਨ, ਫਿਰ ਵੀ ਹਮਲਾਵਰ ਕਰ ਗਏ ਵਾਰਦਾਤ। ਦੱਸ ਦਈਏ ਕਿ ਇੱਕ ਦੁਕਾਨ ਤੇ ਸਰੇਆਮ ਗੋਲੀਆਂ ਚਲਾਈਆਂ ਗਈਆਂ ਨੇ, ਜਿਸ ਤੋਂ ਬਾਅਦ ਇਹ ਹਮਲਾਵਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਵੱਡੀ ਗੱਲ ਤਾਂ ਇਹ ਸੀ ਕਿ ਜਿਸ ਦੁਕਾਨਦਾਰ ਤੇ ਗੋਲੀਆਂ ਚਲਾਈਆਂ ਗਈਆਂ ਉਸ ਕੋਲ ਪੁਲਿਸ ਪ੍ਰੋਟੈਕਸ਼ਨ ਵੀ ਮੌਜੂਦ ਸੀ, ਫਿਰ ਵੀ ਹਮਲਾਵਰ ਇਹ ਵਾਰਦਾਤ ਕਰ ਜਾਂਦੇ ਨੇ। ਤਾਂ ਪੂਰਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿੱਥੇ ਦੁਕਾਨਦਾਰ ਨੇ ਦੱਸਿਆ ਕਿ ਉਸ ਤੇ ਪਹਿਲਾਂ ਵੀ 2 ਵਾਰ ਹਮਲੇ ਹੋ ਚੁੱਕੇ ਨੇ। ਤਾਂ ਹੁਣ ਉਸ ਤੋਂ 40 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਸੀ, ਜਿਸ ਤੋਂ ਬਾਅਦ ਉਸ ਤੇ ਇਹ ਹਮਲਾ ਕੀਤਾ ਗਿਆ। ਤਾਂ ਪਹਿਲਾਂ ਵੀ ਉਸ ਤੇ ਹਮਲਾ ਕੀਤਾ ਗਿਆ ਸੀ, ਤਾਂ ਇਸ ਸੰਬੰਧੀ ਉਸਨੇ ਦੱਸਿਆ ਕਿ ਉਸ ਤੇ ਪਹਿਲਾਂ ਵੀ ਹਮਲਾ ਹੋ ਚੁੱਕਿਆ ਹੈ ਤੇ ਪੁਲਿਸ ਦੇ ਵੱਲੋਂ ਉਸਨੂੰ ਸੁਰੱਖਿਆ ਵੀ ਦਿੱਤੀ ਗਈ ਸੀ, ਪਰ ਉਸਦਾ ਕੋਈ ਵੀ ਫਾਇਦਾ ਵੇਖਣ ਨੂੰ ਨਹੀਂ ਮਿਲਿਆ। ਫਿਰ ਵੀ ਸਰੇਆਮ ਉਸ ਤੇ ਗੋਲੀਆਂ ਚਲਾਈਆਂ ਗਈਆਂ ਨੇ, ਪਰ ਵਾਲ ਵਾਲ ਉਸਦੀ ਜਾਨ ਬਚ ਜਾਂਦੀ ਹੈ, ਕਿਉਂਕਿ ਜੋ ਗੋਲੀਆਂ ਨੇ ਉਹ ਕੰਧ ਤੇ ਜਾ ਲੱਗਦੀਆਂ ਨੇ। ਤਾਂ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ CCTV ਦੇ ਆਧਾਰ ਤੇ ਇਹਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਸਰੇਆਮ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਮਲਾਵਰਾਂ ਦੇ ਹੌਸਲੇ ਬੇਖੌਫ ਨੇ, ਜਿਨ੍ਹਾਂ ਦੇ ਵੱਲੋਂ ਇਸ ਦੁਕਾਨਦਾਰ ਦੇ ਉੱਤੇ ਹਮਲਾ ਕੀਤਾ ਗਿਆ। ਤਾਂ ਪਹਿਲਾਂ 40 ਲੱਖ ਰੁਪਏ ਦੀ ਰੰਗਦਾਰੀ ਮੰਗੀ ਗਈ ਸੀ ਅਤੇ ਨਾ ਦੇਣ ਤੇ ਉਹਨਾਂ ਦੇ ਵੱਲੋਂ ਇਸ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਪਰ ਉਹਨਾਂ ਦਾ ਨਿਸ਼ਾਨਾ ਚੁੱਕ ਜਾਂਦਾ ਹੈ, ਉਹ ਦੁਕਾਨ ਦੀ ਕੰਧ ਤੇ ਜਾ ਲੱਗਦੀਆਂ ਨੇ, ਜਿਸ ਕਰਕੇ ਦੁਕਾਨਦਾਰ ਦੀ ਜਾਨ ਵਲ ਵਲ ਬਚਦੀ ਹੈ। ਸਰ, ਫਰੋਤੀ ਦਾ ਮਾਮਲਾ ਕੀ? ਫਰੋਤੀ ਕੌਣ ਮੰਗਦੇ ਆ ਜੀ? ਕੌਣ ਮੰਗ ਰਿਹਾ ਜੀ? ਨਿਸ਼ਾਨ ਸਿੰਘ ਨਾਂ ਦਾ ਬੰਦਾ ਜੀ। ਕਿੰਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ? ਹਾਂਜੀ, 40 ਲੱਖ ਦੀ। ਇਹਦੇ ਸੰਬੰਧ ਦੇ ਵਿੱਚ ਤੁਸੀਂ ਕੋਈ ਪੁਲਿਸ ਨੂੰ ਸੂਚਿਤ ਕੀਤਾ? ਹਾਂ, ਕੀਤਾ ਸਰ। ਤੇ ਇਸ ਤੋਂ ਪਹਿਲਾਂ ਵੀ ਕੋਈ ਤੁਹਾਡੇ ਨਾਲ? ਹਾਂਜੀ, 2 ਵਾਰੀ ਅੱਗੇ ਹੋ ਗਏ। ਤੇ ਪਹਿਲਾਂ ਵੀ ਗੋਲੀਆਂ ਚੱਲੀਆਂ ਸੀ? ਹਾਂਜੀ। ਉਹ ਦੋਸ਼ੀ ਕੀ ਫੜੇ ਗਏ? ਦੋਸ਼ੀ ਪਹਿਲੇ ਦੇ ਸਾਡੇ 2023 ਦੇ ਜਿਹੜੇ ਹੋਏ ਅੰਦਰ ਆ। ਹਾਂਜੀ। ਤੇ ਜਿਹੜਾ 2024 'ਚ ਉਹਨਾਂ ਦੀ ਵੈਸੇ ਡਿਮਾਂਡ ਹੋ ਗਈ। ਅੱਛਾ। ਹਾਂਜੀ। ਜਿਹੜੀ ਕੱਲ੍ਹ ਗੋਲੀ ਚੱਲੀ ਉਹ ਕਿੱਥੇ ਲੱਗੀ ਹੈ? ਉਹ ਦੁਕਾਨ ਦੇ ਸਭ ਤੋਂ ਪਰਲੇ ਕੋਲੇ 'ਚ ਲੱਗੀ। ਠੀਕ ਹੈ। ਤੇ ਇਹਦੇ ਸੰਬੰਧ 'ਚ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ਤੱਕ? ਪੁਲਿਸ ਤਾਂ ਇਹੀ ਹੈ ਜੀ, ਪੂਰਾ ਜ਼ੋਰ ਨਾਲ ਛਾਣਵੀਨ ਲਈ ਕਰ। CCTV ਵਗੈਰਾ ਕੈਮਰੇ 'ਚ ਆਈ? ਹਾਂਜੀ, ਆਏ ਜੀ, ਉਹ ਮੂੰਹ ਬੰਨੇ ਆ ਜੀ। ਹਾਂਜੀ। ਸਾਨੂੰ ਪਤਾ ਲੱਗਾ ਕਿ ਤੁਹਾਡੇ ਵੱਲੋਂ ਵੀ ਪਿੱਛੇ ਮਗਰ ਉਹ ਜਿਹੜੇ ਵਿੱਚ ਭੱਜ ਨਸ ਗਏ? ਹਾਂਜੀ ਹਾਂਜੀ, ਸਾਡੇ ਬੰਦੇ ਗਏ ਮਗਰ, ਉਹਨਾਂ ਕਾਰਨ ਕੀਤੀ ਹੈ, 3-4 ਘੰਟੇ। ਹਾਂਜੀ, ਥੋੜ੍ਹਾ ਹੀ ਫਰਕ ਰਹਿ ਗਿਆ ਸਰ, ਉਹਦਾ ਕੱਲ੍ਹ ਕਾਬੂ ਆ ਜਾਣੇ। ਕੀ ਆਪਣੇ ਆਪ ਨੂੰ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ? ਤੇ ਤੁਹਾਨੂੰ ਪੁਲਿਸ ਵੱਲੋਂ ਮੇਰੇ ਖਿਲਾਫ ਪੁਲਿਸ ਪ੍ਰੋਟੈਕਸ਼ਨ ਮਿਲੀ ਹੋਈ? ਹਾਂਜੀ ਹਾਂਜੀ। ਉਦੋਂ ਇੱਥੇ ਮੌਜੂਦ ਸਨ? ਹਾਂਜੀ, ਮੌਜੂਦ। ਇਹਨਾਂ ਵੱਲੋਂ ਕੋਈ ਕੀਤਾ? ਪਰ ਆਪਾਂ ਅੰਦਰ ਹਾਂ, ਜਿੰਨਾ ਚਿਰ ਅਸੀਂ ਬਾਹਰ ਗਏ ਉਹ ਨਿਕਲ ਗਏ। ਖਾਤੇ ਸਵਾਰ ਸੀ? ਹਾਂਜੀ, ਖਾਤੇ ਸਵਾਰ ਸੀ। ਮੋਟਰਸਾਈਕਲ ਦੇ ਤੁਸੀਂ ਯਾਰ ਇਹਨਾਂ ਪਹਿਲਾਂ 1-2 ਰਾਊਂਡ? ਹਾਂ, ਰਾਊਂਡ ਨਹੀਂ ਗੱਡੇ, ਮੈਂ 3-4 ਫੇਰੇ ਉਦਾਂ ਲਾਏ ਹਨ। ਅੱਛਾ। ਗੇੜੇ ਚੌਥੇ ਫੇਰੇ ਆਣ ਕੇ ਫਾਇਰਿੰਗ ਕੀਤੀ ਹੈ। ਕੋਈ ਤੁਹਾਨੂੰ ਕਿਸੇ ਤੇ ਸ਼ੱਕ ਹੋਵੇ? ਕੋਈ ਸ਼ੱਕ ਨਹੀਂ ਸਰ। ਕਿੰਨੇ ਰਾਊਂਡ ਜਿਹੜੀ ਉਹਨਾਂ ਨੂੰ ਫਾਇਰਿੰਗ ਕੀਤੀ ਗਈ? ਇੱਕੋ ਰਾਊਂਡ ਕੱਢਿਆ ਉਹਨਾਂ ਨੇ। ਹੁਣ ਕੀ ਮੰਗ ਕੀ ਕਰਦੇ ਆਪਾਂ ਪ੍ਰਸ਼ਾਸਨ ਨੂੰ? ਮੰਗ ਪ੍ਰਸ਼ਾਸਨ ਦੀ ਸਾਨੂੰ ਸਹੀ ਫੈਸਲਾ ਦੇਵੇ, ਸਾਡੀ ਜਾਲ ਮਾਲ ਦੀ ਰਾਖੀ ਰੱਖੇ। ਉਹ ਜਿਹੜੀ ਤੁਹਾਨੂੰ ਥ੍ਰੈਡ ਕਾਲਸ ਆ ਰਹੀਆਂ ਨੇ, ਇੱਥੇ ਲੋਕਲ ਨੰਬਰ ਤੋਂ ਆ ਰਹੀਆਂ ਕਿ? ਨਹੀਂ ਜੀ, ਬਾਹਰ ਦੇ ਨੰਬਰ ਤੋਂ। ਕਿੱਥੋਂ ਦਾ ਵੈਸੇ ਨੰਬਰ? USA ਦਾ। USA ਦਾ? ਹਾਂਜੀ। ਕੀ ਆਪਣੇ ਆਪਣਾ ਕੀ ਨਾਮ ਕੀ ਦੱਸਦਾ? ਨਿਸ਼ਾਨ ਸਿੰਘ। ਤੇ ਤੁਸੀਂ ਉਹਨੂੰ ਜਾਣਦੇ ਵੈਸੇ? ਨਹੀਂ ਜੀ। ਕਿਸੇ ਤੇ ਤੁਹਾਨੂੰ ਸ਼ੱਕ ਹੋਵੇ? ਨਾ ਨਾ, ਸ਼ੱਕ ਇੱਥੇ ਲੋਕਲ ਨਹੀਂ ਗਏ ਤੇ ਸਰ। ਸਾਡੇ ਇਨਫੋਰਮੇਸ਼ਨ ਆਈ ਸੀ ਕੱਲ 6:00 ਜਿਹੜੀ ਹੈਗੀ ਹੈ, 6:00 ਤੇ ਕੋਈ ਗੋਲੀ ਚੱਲੀ ਹੈਗੀ ਧਰਮਗੁੱਟਨ ਦਾ ਵਾ, ਉਹਦੀ ਅਸੀਂ ਜਾਂਚ ਕਰ ਰਹੇ ਹੈਗੇ ਆ। ਮਤਲਬ ਕਿਹਦੇ ਤੇ ਗੋਲੀ ਚੱਲੀ, ਕਿਹਨੇ ਚਲਾਈ? ਤੇ ਦੁਕਾਨ ਸੀਗੀ ਜੀ ਦਿਨੇਸ਼ ਜੀ ਤੇ, ਉਹਨਾਂ ਦੁਕਾਨ ਤੇ ਗੋਲੀ ਚੱਲੀ ਹੈਗੀ ਹੈ। ਸਰ, ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਸਰ, ਹਜੇ ਤੱਕ ਕੋਈ ਦੋਸ਼ੀ ਕੋਈ ਅਰੈਸਟ ਹੋਇਆ ਜੀ? ਹਾਂਜੀ, ਜਿਹੜੇ ਪਹਿਲਾਂ ਮੁਕਾ ਤੋਂ ਦੋਸ਼ੀ ਅਰੈਸਟ ਹੈ ਜੇਲ੍ਹ ਦੇ ਵਿੱਚ ਨੇ ਸਰ।
ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਕੀ ਕਰਨਾ ਇਹ ਜਾਂਚ ਦਾ ਵਿਸ਼ਾ ਹੈ ਜੀ ਆਪਾਂ ਉਸ ਇਨਵੈਸਟੀਗੇਸ਼ਨ ਕਰਦੇ ਪਏ ਜੋ ਇਨਵੈਸਟੀਗੇਸ਼ਨ ਸਾਹਮਣੇ ਸਭ ਕੁਝ ਦੱਸਾਂਗੇ ਜੀ ਤੁਸੀਂ ਸਰ ਸੀਸੀਟੀਵੀ ਕੈਮਰੇ ਖੰਗਾਲ ਰਹੇ ਕੋਈ ਫੋਟੋਜ਼ ਵਗੈਰਾ ਮਿਲੀ ਉਹਨਾਂ ਦੀ ਅੱਛਾ ਚੱਲ ਰਿਹਾ ਜੀ ਜਾਂਚ ਚੱਲਦੀ ਪਈ ਸਰ ਕੀ ਕਾਰਵਾਈ ਕੀਤੀ ਗਈ ਹੁਣ ਤੱਕ ਐਫ ਆਈ ਆਰ ਲੌਂਚ ਕੀਤੀ ਹੋਈ ਹੈ ਜੀ